ਸਨਮਾਨਯੋਗ ਗੁਰੂ ਰੁਖਸ਼ਾਤ ਸਿੰਘ ਜੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਛ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਵਿੱਚ ਸਭ ਕੁਛ ਆ ਗਿਆ। ਤੇ ਮੈਂ ਇਹ ਵੀ ਅਰਥ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ, ਸੁੱਖ ਸੀਮਤ ਆਉਂਦਾ ਹੈ। ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਏ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਵੈ ਜੋ ਹੈ ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ, ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਦਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਬੜੇ ਬੜੇ ਨੀਵੇਂ ਮਨੁੱਖਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ, ਬੜੇ ਬੜੇ ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ? ਸੰਸਾਰਿਕ ਪਦਾਰਥ, ਇਹ ਦਰਖਤ ਦੀ ਛਾਇਆ ਹੈ, ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ। ਤੇ ਛਾਇਆ ਬਦਲਦੀ ਰਹਿੰਦੀ ਹੈ, ਅੱਜ ਇਸ ਪਾਸੇ, ਕੱਲ ਉਸ ਪਾਸੇ, ਛਾਇਆ ਵਿੱਚ ਪਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ, ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ, ਪਰ ਫਲ ਚਾਹੀਦਾ ਹੈ। ਹੋ ਸਕਦਾ ਦਰਖਤਾਂ ਦੇ ਫਲ ਜ਼ਮੀਨ ਦੇ ਉੱਤੇ ਗਿਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ, ਆਨੰਦ ਦਾ ਫਲ ਜ਼ਮੀਨ ਤੇ ਗਿਰਿਆ ਹੋਇਆ ਨਹੀਂ ਮਿਲੇਗਾ, ਸੁਰਤ ਉੱਚੀ ਕਰਨੀ ਪਏਗੀ, ਬਹੁਤ ਉੱਚੀ ਕਰਨੀ ਪਏਗੀ। ਉਹ ਚੜਾਈਆਂ ਦਾ ਮਾਰਗ ਹੈ, ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਿਹਾ ਕਬੀਰ। ਜਿਸ ਰਸਤੇ ਤੇ ਚਤਰ ਚਲਾਗ ਤੇ ਕਰਮ ਕਾਂਡੀ ਮਨੁੱਖ ਚੱਲ ਪਏ ਨੇ, ਦੁਨੀਆਂ ਬਹੁਤ ਉਹਨਾਂ ਦੇ ਪਿੱਛੇ ਹੈ।
ਬਹੁਤ, ਜੋ ਕਹਿ ਦੇਣ 10 ਮਿੰਟ ਦੇ ਸਮਾਧੀ ਲੱਗ ਜਾਏਗੀ, ਅਸੀਂ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰ ਦਿਆਂਗੇ। ਇਹ ਤਵੀਜ਼ ਲੈ ਜਾਓ, ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹਦੀ ਮੈਰਸ ਕਰਦੇ ਹਾਂ, ਕਦੇ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤੇ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ। ਕਬੀਰ ਨਿਵਾਣ ਦਾ ਰਸਤਾ ਨਹੀਂ ਚੁਣਦੇ, ਕਿਤੇ ਚੜ੍ਹਾਈਆਂ ਦਾ ਮਾਰਗ ਹੈ। ਇੱਕ ਔ ਗਟ ਘਾਟੀ ਰਾਮ ਦੀ ਤੈਂ ਚੜ੍ਹ ਰਿਹਾ ਕਬੀਰ, ਇੱਕ ਵਿਖੜੀ ਘਾਟੀ ਤੇ ਮੈਂ ਚੜ੍ਹ ਲੈਣਾ। ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ, ਪਰ ਮੇਰੇ ਪਿੱਛੇ ਵੀ ਕੋਈ ਨਹੀਂ। ਪਤਾ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚੱਲੇ ਨਾ। ਕਹਿੰਦੇ ਰਸਤਾ ਉਜੜ ਗਿਆ, ਕਿਉਂ? ਕੋਈ ਚੱਲਦਾ ਹੀ ਨਹੀਂ। ਪਤਾ ਨਹੀਂ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ। ਸਾਰੇ ਰਸਤਿਆਂ ਦੇ ਉੱਤੇ ਵਸੇਬੇ ਬੜੇ ਨੇ, ਬੜੀਆਂ ਰੌਣਕਾਂ ਨੇ, ਇੱਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ। ਇਸ ਵਾਸਤੇ ਬੇਸ਼ਤਰ ਚਰਚ ਸੁੰਨੇ ਹੋ ਗਏ ਨੇ, ਉਜੜ ਗਏ ਨੇ। ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ, ਸਨਾਟਾ ਛਾਇਆ ਹੈ, ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਗੁਰਦੁਆਰਿਆਂ 'ਚ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੈ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਉਂਦੇ ਹੈ। ਕਹਿੰਦਾ ਰੱਬ ਦੇ ਮਾਰਗ ਤੇ ਜਿਹੜੇ ਚੱਲੇ ਸਨ ਕੁਛ ਤੇ ਪਹੁੰਚ ਗਏ, ਕੁਝ ਰਸਤੇ 'ਚ ਹੀ ਖੱਪ ਗਏ। ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਹੋਇਆ ਦਿਖਾਈ ਦਿੰਦਾ, ਉਜੜਿਆ ਹੋਇਆ। ਚੱਲਿਆ ਸੀ ਕਿਸੇ ਵਕਤ ਰਵਿਦਾਸ, ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ਸਾਰੀ ਦੁਨੀਆਂ 'ਚ ਮਿਲਣਗੇ। ਮਜਾਲ ਹੈ ਇਹਨਾਂ 'ਚ ਕੋਈ ਰਵਿਦਾਸ ਬੈਠਾ ਹੋਵੇ ਨਹੀਂ। ਕੱਪੜੇ ਬੁਣਨ ਵਾਲੇ ਤੇ ਕੱਪੜਿਆਂ ਨੂੰ ਛਿੰਬਣ ਵਾਲੇ, ਕੱਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆਂ 'ਚ ਮਿਲਣਗੇ। ਪਰ ਇਸ ਤਰ੍ਹਾਂ ਦਾ ਨਾਮ ਦੇਵ ਜੋ ਕੱਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ, ਤੇ ਜਿਹੜਾ ਕੱਪੜੇ ਰੰਗਾਉਣ ਲਈ ਆਵੇ ਉਹਨੂੰ ਵੀ ਰੰਗ ਦੇਵੇ। ਰੰਗਨ ਰੰਗੋਂ ਸੀਵਨ ਸੀਵੋਂ, ਰਾਮ ਨਾਮ ਬਿਨ ਘਰੀ ਨ ਜੀਵੋਂ, ਸ਼੍ਰੀ ਨਾਮ ਦੇਵ। ਕਹਿੰਦੇ ਮੇਰਾ ਕੱਪੜੇ ਮੈਂ ਨਹੀਂ ਰੰਗਦਾ, ਮਨ ਵੀ ਰੰਗਦਾ, ਔਰ ਜਿਹੜੇ ਕੱਪੜੇ ਰੰਗਾਉਣ ਲਈ ਆਉਂਦੇ ਨੇ ਨਿਰੇ, ਉਹਨਾਂ ਦੇ ਕੱਪੜੇ ਨਹੀਂ ਰੰਗਦਾ, ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਿਦਾਸ ਨਿਰੀਆਂ ਜੁੱਤੀਆਂ ਨਹੀਂ ਗੰਢਦਾ, ਇੱਧਰ ਜੁੱਤੀ ਗੰਢੀ ਜਾ ਰਿਹਾ ਹੈ, ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ, ਤੇ ਜਿਹੜਾ ਜੁੱਤੀ ਗੰਢਾਉਣ ਲਈ ਆਇਆ ਕੋਸ਼ਿਸ਼ ਕਰ ਰਿਹਾ ਹੈ,
ਇਹਦਾ ਮਨ ਵੀ ਗੰਢਾ ਹੈ। ਇਹ ਦੋ ਤਰ੍ਹਾਂ ਦਾ ਮੋਚੀ ਹੈ, ਐਸਾ ਚਮਾਰ ਅਗਲੇ ਦੀ ਜੁੱਤੀ ਵੀ ਗੰਢ ਰਿਹਾ, ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ ਹੈ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ ਹੈ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਮਦੇਵ। ਸਿਰਫ ਤਾਣਾ ਪੇਟਾ ਇੱਕ ਕਰਕੇ ਹੈ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰ ਤੇ ਸ਼ਬਦ ਨੂੰ ਵੀ ਇੱਕ ਕਰਦਾ ਹੈ, ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ ਹੈ। ਉਹ ਐਸਾ ਜੁਲਾਹਾ ਹੈ, ਨਮਾਜ਼ੀ ਤੇ ਬੜੇ ਨੇ ਪਰ ਫਰੀਦ ਜੈਸਾ ਨਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਯਾ ਬੜ੍ਹ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਉਂਦੇ ਹੈ। ਇਕਬਾਲ ਕਹਿੰਦਾ ਹੈ, ਚਲੇ ਸੁਨ ਖੁਦਾ ਦੇ ਰਸਤੇ ਤੇ ਜੋ ਕੁਛ ਤੇ ਪਹੁੰਚ ਗਏ, ਕੁਛ ਰਸਤੇ ਚ ਹੀ ਦਮ ਤੋੜ ਗਏ, ਰਸਤੇ ਸੁਣਨੇ ਪਏ ਨੇ ਉਜੜੇ ਹੋਏ ਨੇ। ਇਸ ਸਦੀ ਦੇ ਵਿੱਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ। ਬੜੀ ਰੌਣਕ ਹੈ ਥੀਏਟਰਾਂ ਦੇ ਵਿੱਚ, ਕਲੱਬਾਂ ਦੇ ਵਿੱਚ, ਅਯਾਸ਼ੀ ਦੇ ਅੱਡਿਆਂ ਦੇ ਵਿੱਚ, ਜੂਏਖਾਨਿਆਂ ਦੇ ਵਿੱਚ, ਮਹਿਖਾਨਿਆਂ ਦੇ ਵਿੱਚ ਬੜੀ ਰੌਣਕ। ਰਾਸਤੇ ਸੁਨਸਾਨ ਨਜ਼ਰ ਆਉਂਦੇ ਹੈ, ਕਾਰਨ ਇਹ ਰਸਤਾ ਪਹਾੜੀ ਰਸਤਾ ਹੈ, ਚੜ੍ਹਾਈ ਦਾ ਰਸਤਾ ਹੈ ਤੇ ਹਰ ਬੰਦਾ ਚੜ੍ਹਾਈਆਂ ਤੇ ਨਹੀਂ ਚੜ੍ਹ ਸਕਦਾ। ਚਾਹੇ ਸਰੀਰ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਛੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਬਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤੋ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁੱਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁੱਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ,
ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜੰਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ, ਮੁਖਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਰਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਹਨੂੰ ਸਵਾਸ ਗਰਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਹੈ ਉਤਨੇ ਚ। ਵਾਹਿਗੁਰੂ ਵਾਹਿਗੁਰੂ, ਇਸਲਾਮੀ ਮੰਤਰ ਵੀ ਐਸਾ ਹੈ, ਅੱਲਾ ਹੋ ਅੱਲਾ ਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾ ਹੋ ਅੱਲਾ ਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗਰਾਸ ਲੈਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇਗਾ ਤੇ ਪੁਨਰੁਕਤੀ ਹੈ, ਇਹਦੀ ਰਿਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਰਿਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗਾ, ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਹੋਰ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਿਕ ਦੁਨੀਆਂ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ ਕੁਝ ਹੋਰ ਕਹਿਣਾ ਸੀ, ਉਹ ਕਹਿਣ ਲੱਗਾ ਗਿਆਨੀ ਜੀ, ਤੁਹਾਡੀ ਕਥਾ ਚ ਵੀ ਮੈਨੂੰ ਪੁਨਰੁਕਤੀ ਦਿਖਾਈ ਦੇਣੀ ਹੈ, ਰਿਪੀਟੇਸ਼ਨ। ਔਰ ਕਹਿਣ ਲੱਗਾ, ਇੱਕ ਸ਼ਬਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ, ਦੂਜੇ ਤੀਜੇ ਚ ਵੀ ਹੋਈ ਹੈ, ਚੌਥੇ ਪੰਜਵੇਂ ਚ ਵੀ ਹੋਈ ਹੈ। ਔਰ ਮੈਨੂੰ ਕਹਿਣ ਲੱਗਾ, ਮੁਦਤਾਂ ਤੋਂ ਤੁਹਾਨੂੰ ਸੁਣ ਰਿਹਾ, ਤੁਸੀਂ ਵੀ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੇ ਹੋ, ਪੁਨਰੁਕਤੀ ਰਿਪੀਟੇਸ਼ਨ ਇਹਦੇ ਦੋਸ਼ ਹੈ। ਮੈਂ ਕਿਹਾ ਦੋਸ਼ ਤੂੰ ਮੰਨਦਾ ਹੋਵੇਗਾ, ਸਾਹਿਤਕਾਰ ਮੰਨਦੇ ਹੋਣਗੇ, ਪ੍ਰਕਿਰਤੀ ਨਹੀਂ ਮੰਨਦੀ, ਪਰਮਾਤਮਾ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਮੈਂ ਕਿਹਾ ਪੁਨਰੁਕਤੀ ਤੇ ਹੀ ਜੀਵਨ ਹੈ। ਕਹਿਣ ਲੱਗੇ ਕਿਸ ਤਰ੍ਹਾਂ ਜੀਵਨ ਹੈ, ਜ਼ਿੰਦਗੀ ਕਿਸ ਤਰ੍ਹਾਂ ਪੁਨਰੁਕਤ ਹੋ ਗਈ? ਮੈਂ ਕਿਹਾ ਦੇਖੋ, ਇੱਕ ਸਵਾਸ ਹੁਣ ਤੂੰ ਅੰਦਰ ਲੈ ਗਿਆ ਤੇ ਹੁਣ ਇੱਕ ਬਾਹਰ ਆਇਆ,
ਹੁਣ ਮੁੜ ਕੇ ਅੰਦਰ ਨਾ ਲੈ ਜਾਈ ਤੇ ਰਿਪੀਟ ਹੋ ਜਾਏਗਾ, ਇਹ ਤੇ ਪੁਨਰੁਕਤੀ ਹੋ ਜਾਏਗੀ, ਇਹ ਤੇ ਦੋਸ਼ ਹੈ। ਬਾਰ ਬਾਰ ਸਵਾਸ ਕਿਉਂ ਲੈਣਾ, ਇੱਕੋ ਹੀ ਦਫਾ ਲੈ। ਨਬਜ਼ ਬਾਰ ਬਾਰ ਚੱਲਦੀ ਹੈ, ਦਿਲ ਬਾਰ ਬਾਰ ਧੜਕਦਾ ਹੈ, ਸਵਾਸ ਗ੍ਰਾਸ ਬਾਰ ਬਾਰ ਚੱਲਦੇ ਨੇ, ਪ੍ਰਿਥਵੀ ਦੇ ਉੱਤੇ ਦਿਨ ਬਾਰ ਬਾਰ ਆਉਂਦਾ ਹੈ, ਰਾਤ ਬਾਰ ਬਾਰ ਆਉਂਦੀ ਹੈ, ਪਾਣੀ ਬਾਰ ਬਾਰ ਪੀਂਦੇ ਹਾਂ, ਰੋਟੀ ਬਾਰ ਬਾਰ ਖਾਂਦੇ, ਇੱਕੋ ਹੀ ਦਫਾ ਜ਼ਿੰਦਗੀ ਚ ਖਾਣੀ ਚਾਹੀਦੀ ਹੈ। ਬਾਰ ਬਾਰ ਕਿਉਂ ਖਾਂਦਾ, ਸਵੇਰੇ ਖਾ ਲਈ, ਦੁਪਹਿਰੇ ਖਾ ਲਈ, ਸ਼ਾਮੀ ਫਿਰ ਖਾ ਰਹੇ ਹਾਂ, ਕਿਉਂ ਪੁਨਰੁਕਤ ਕਿਉਂ ਕਰ ਰਹੇ ਹਾਂ, ਇਹ ਰਿਪੀਟ ਕਿਉਂ ਕਰ ਰਹੇ ਹਾਂ? ਬਾਰ ਬਾਰ ਪਾਣੀ ਪੀ ਰਹੇ ਹਾਂ, ਬਾਰ ਬਾਰ ਭੋਜਨ ਛਕ ਰਹੇ ਹਾਂ, ਬਾਰ ਬਾਰ ਸਵਾਸ ਲੈ ਰਹੇ ਹਾਂ, ਬਾਰ ਬਾਰ ਦਿਲ ਧੜਕ ਰਿਹਾ, ਬਾਰ ਬਾਰ ਨਬਜ਼ ਚੱਲ ਰਹੀ ਹੈ, ਪ੍ਰਿਥਵੀ ਤੇ ਬਾਰ ਬਾਰ ਦਿਨ ਆ ਰਿਹਾ, ਬਾਰ ਬਾਰ ਰਾਤ ਆ ਰਹੀ ਹੈ। ਕਹਿਣ ਲੱਗਾ ਹੈ ਇਤਨੀ ਪੁਨਰੁਕਤੀ ਹੈ? ਕਹਿਣ ਲੱਗੇ ਮੈਂ ਇਸ ਢੰਗ ਨਾਲ ਸੋਚਿਆ ਨਹੀਂ ਸੀ। ਬਾਰ ਬਾਰ ਹਰ ਕੇ ਗੁਣ ਗਾਓ, ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਬਾਰ ਬਾਰ ਰਟੀ ਜਾ ਵਾਹਿਗੁਰੂ ਵਾਹਿਗੁਰੂ, ਉਤਨੇ ਚਿਰ ਤੱਕ ਕਰੀ ਜਾ ਜਿਤਨੇ ਚਿਰ ਤੱਕ ਤੂੰ ਵਾਹਿਗੁਰੂ ਦਾ ਰੂਪ ਨਹੀਂ ਹੋ ਜਾਂਦਾ। ਦੋਨੋਂ ਰਟਨ ਕਰੀ ਜਾ। ਭਾਰਤ ਦੇਸ਼ ਤੇ ਭਾਰਤ ਤੋਂ ਬਾਹਰ ਇਸਲਾਮੀ ਦੁਨੀਆਂ ਜਿਤਨੇ ਗੁਰਮੰਤਰ ਨੇ ਕਰੀਬਨ ਕਰੀਬਨ ਉਹ ਸਵਾਸ ਵਿਰਾਸ ਵਿੱਚ ਪੂਰੇ ਹੋ ਜਾਂਦੇ ਨੇ। ਰਾਮ ਪੂਰਾ ਹੋ ਜਾਂਦਾ ਹੈ, ਓਮ ਪੂਰਾ ਹੋ ਜਾਂਦਾ ਹੈ, ਵਾਹਿਗੁਰੂ ਪੂਰਾ ਹੋ ਜਾਂਦਾ ਹੈ, ਅੱਲਾ ਹੋ ਇਸੇ 'ਚ ਪੂਰਾ ਹੋ ਜਾਂਦਾ ਹੈ। ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ। ਜਗਤਗੁਰੂ ਬਾਬਾ ਕਹਿੰਦੇ ਵੀ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆਂ ਕੋਈ ਅੱਲਾ, ਕੋਈ ਅੱਲਾ ਅੱਲਾ ਕਹਿੰਦਾ ਮੰਤਰ ਨੇ। ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ, ਭੋਜਨ ਸਾਰਿਆਂ ਦਾ ਇੱਕ ਨਹੀਂ ਹੈ। ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ, ਸਾਰੀ ਦੁਨੀਆਂ ਦਾ ਭੋਜਨ ਤੇ ਇੱਕ ਹੈ ਹੀ ਨਹੀਂ, ਖੁਰਾਕ ਅਲੱਗ ਅਲੱਗ ਹੈ। ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬੰਗਾਲੀਆਂ ਦਾ ਖਾਣਾ ਕੁਛ ਹੋਰ ਹੈ ਤੇ ਕਰਨਾਟਕੀਆਂ ਦਾ ਕੁਛ ਹੋਰ ਹੈ, ਮਹਾਰਾਸ਼ਟਰੀਅਨ ਕੁਛ ਹੋਰ ਢੰਗ ਨਾਲ ਖਾਂਦੇ ਨੇ, ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਛ ਹੋਰ ਹੈ, ਤਮਿਲ ਕੇਰਲਾ ਦੀ ਖੁਰਾਕ ਅਲੱਗ ਹੈ, ਪਹਿਰਾਵੇ ਵੀ ਅਲੱਗ ਨੇ, ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਰਾਜਸਥਾਨੀਆਂ ਦਾ ਕੁਛ ਹੋਰ ਹੈ, ਪੰਜਾਬੀਆਂ ਦੀ ਖੁਰਾਕ ਕੁਛ ਹੋਰ ਹੈ, ਲੇਕਿਨ ਭੁੱਖ ਕੁਝ ਹੋਰ ਨਹੀਂ, ਭੁੱਖ ਸਾਰਿਆਂ ਦੀ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਭੁੱਖ ਇੱਕੋ ਹੈ, ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿਟੇ, ਰਸ ਆਵੇ ਭੁੱਖ ਮਿਟੇ, ਲੇਕਿਨ ਭੋਜਨ ਇੱਕ ਨਹੀਂ ਹੈ। ਅੰਦਰ ਤੇ ਤੜਪ ਸਾਰਿਆਂ ਦੇ ਇੱਕੋ ਹੈ, ਪ੍ਰਭੂ ਮਿਲੇ, ਪਰਮਾਤਮਾ ਮਿਲੇ, ਪਰਮ ਆਨੰਦ ਮਿਲੇ, ਸਕੂਨ ਮਿਲੇ, ਸ਼ਾਂਤੀ ਮਿਲੇ, ਚੈਨ ਮਿਲੇ, ਆਨੰਦ ਮਿਲੇ। ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ, ਭਜਨ ਵੀ ਇੱਕ ਨਹੀਂ ਹੈ, ਅਲੱਗ ਅਲੱਗ ਹੈ। ਭੋਜਨ ਕੋਈ ਵੱਖ ਵੱਖ ਖਾਇਆ ਅਸੀਂ ਨਹੀਂ ਲੜਦੇ ਕਿ ਤੂੰ ਸਾਡੇ ਢੰਗ ਨਾਲ ਕਿਉਂ ਨਹੀਂ ਖਾ ਰਿਹਾ, ਆਪਣੇ ਢੰਗ ਨਾਲ ਕਿਉਂ ਖਾਂਦਾ ਪਿਆ, ਝਗੜਾ ਨਹੀਂ ਹੈ। ਭੋਜਨ ਦੀ ਦੁਨੀਆਂ ਵਿੱਚ ਆਪਸ ਦੇ ਝਗੜਾ ਨਹੀਂ, ਇਹ ਭਜਨ ਦੀ ਦੁਨੀਆਂ ਝਗੜਾ ਹੈ। ਤੂੰ ਰਾਮ ਰਾਮ ਕਿਉਂ ਆਖਦਾ ਪਿਆ, ਅੱਲਾਹੂ ਕਿਉਂ ਨਹੀਂ ਕਹਿੰਦਾ, ਤੂੰ ਅੱਲਾਹੂ ਕਿਉਂ ਕਹਿ ਰਿਹਾ, ਵਾਹਿਗੁਰੂ ਕਿਉਂ ਨਹੀਂ ਕਹਿੰਦਾ, ਇਹ ਝਗੜੇ ਹਨ, ਔਰ ਬੜੇ ਵਿਆਪਕ ਝਗੜੇ ਨੇ, ਬੜੇ ਭਾਰੀ ਖੂਨ ਖਰਾਬੇ ਨੇ। ਭੁੱਖ ਸਾਰਿਆਂ ਚ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਪਰਮ ਆਨੰਦ ਦੀ ਤੜਪ ਸਾਰਿਆਂ ਚ ਇੱਕੋ ਹੈ,
ਭਜਨ ਇੱਕ ਨਹੀਂ ਹੈ, ਅਲੱਗ ਅਲੱਗ ਹੈ। ਪਰ ਇਹ ਅਲੱਗ ਅਲੱਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪ੍ਰਵਾਨ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਦਾ ਰਸ ਆਇਆ ਹੀ ਨਹੀਂ। ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਹੋਰ ਹੋ ਜਾਂਦੀ ਹੈ। ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੇ ਗੁਸਈਆ, ਕੋਈ ਅੱਲਾ, ਉਹ ਤੇ ਇੰਜ ਕਹਿ ਦਿੰਦਾ। ਔਰ ਹਾਫਿਜ਼ ਕਹਿੰਦਾ, ਹਾਫਿਜ਼ਾ ਗਰ ਵਸਲ ਖਾਹੀ ਸੁਲਾ ਕੁਨ ਬਾ ਖਾਸ ਆਮ। ਕਹਿੰਦਾ ਰੱਬ ਦਾ ਵਿਸਾਲ ਚਾਹੁੰਦਾ, ਰੱਬ ਦਾ ਮਿਲਾਪ ਚਾਹੁੰਦਾ, ਹਰ ਇੱਕ ਨਾਲ ਸੁਲਾ ਕਰ ਲੈ, ਹਰ ਇੱਕ ਨਾਲ। ਔਰ ਹਾਫਿਜ਼ ਤੇ ਕਹਿੰਦੇ ਸਨ ਉਹੀ ਰੱਬ ਦੇ ਨੇੜੇ ਹੈ ਜੋ ਸੰਸਾਰ ਦੇ ਨੇੜੇ ਹੈ, ਉਹੀ ਖੁਦਾ ਦੇ ਨੇੜੇ ਹੈ ਜੋ ਮਖਲੂਕ ਦੇ ਨੇੜੇ ਹੈ, ਜੋ ਮਖਲੂਕ ਤੋਂ ਦੂਰ ਹੈ ਖੁਦਾ ਤੋਂ ਵੀ ਦੂਰ ਹੈ, ਜੋ ਬੰਦਿਆਂ ਤੋਂ ਦੂਰ ਹੈ ਹੋ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ, ਯਕੀਨ ਜਾਣਨਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਜੁੜਨ ਦੇਣਗੇ, ਪੱਕੀ ਗੱਲ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ, ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ, ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ। ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ, ਅਨੰਤ ਕਾਲ ਤੋਂ ਦੀਵਾਰਾਂ ਹੀ ਖੜੀ ਕਰੀ ਜਾ ਰਿਹਾ, ਨਵੀਆਂ ਤੋਂ ਨਵੀਆਂ, ਪੁਰਾਣੀਆਂ ਟੁੱਟਦੀਆਂ ਨਹੀਂ ਪਈਆਂ, ਨਵੀਆਂ ਹੋਰ ਖੜੀਆਂ ਹੋ ਰਹੀਆਂ। ਪੁਰਾਣੇ ਮਸਲੇ ਹੱਲ ਨਹੀਂ ਆਉਂਦੇ ਨਵੇਂ ਹੋਰ, ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ, ਬਹੁਤ ਦੂਰ। ਭਾਵੇਂ ਸਾਇੰਸ ਬੜੀ ਨੇੜੇ ਲਿਆਈ ਹੈ, ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ, ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ, ਮਨੁੱਖ ਮਨੁੱਖ ਤੋਂ ਬਹੁਤ ਦੂਰ ਹੈ। ਪਾਕਿਸਤਾਨ ਤੇ ਪੜੋਸ ਦੇ ਚ ਹੈ, ਹਿੰਦੁਸਤਾਨ ਤੋਂ ਬਹੁਤ ਦੂਰ ਹੈ, ਬੜਾ ਦੂਰ ਹੈ। ਜ਼ਮੀਨ ਦੇ ਤਲ ਤੇ ਨਹੀਂ, ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ, ਬੜੀਆਂ ਦੀਵਾਰਾਂ ਖੜੀਆਂ ਨੇ, ਮਿਲਣਾ ਹੀ ਔਖਾ ਹੈ। ਤੇ ਪਾਕਿਸਤਾਨ ਦੀ ਤੇ ਗੱਲ ਛੱਡੋ, ਹਿੰਦੁਸਤਾਨ ਵਿੱਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨ ਬਹੁਤ ਦੂਰ ਨੇ, ਬਹੁਤ ਦੂਰ ਨੇ, ਬੜੀ ਭਿਅੰਕਰ ਦੂਰੀ ਹੈ। ਰਾਮ ਤੇ ਖੁਦਾ ਦੀ ਬਹੁਤ ਵੱਡੀ ਦੂਰੀ ਹੈ, ਭਾਵੇਂ ਦੂਰੀ ਨਹੀਂ ਹੈ ਪਰ ਮਨੁੱਖ ਨੇ ਕਰ ਦਿੱਤੀ ਹੈ। ਰਾਮ ਖੁਦਾ ਦੇ ਨੇੜੇ ਨਹੀਂ ਹੈ, ਖੁਦਾ ਰਾਮ ਦੇ ਨੇੜੇ ਨਹੀਂ ਹੈ। ਇਸ ਵਾਸਤੇ ਸਾਰੇ ਹਿੰਦੂ ਸਮਾਜ ਦਾ ਜ਼ੋਰ ਸੀ ਮਸਜਿਦ ਗਿਰਾ ਦੇਈਏ, ਇੱਥੇ ਖੁਦਾ ਦੀ ਗੂੰਜ ਆਉਂਦੀ ਹੈ। ਔਰ ਸਾਰੇ ਮੁਸਲਮਾਨਾਂ ਦੀ ਕੋਸ਼ਿਸ਼ ਸੀ ਮਸਜਿਦ ਨੂੰ ਬਚਾਈਏ, ਜਾਂ ਕਿਸੇ ਵਕਤ ਬਾਬਰ ਨੇ ਮੰਦਰ ਗਿਰਾਇਆ, ਬਾਬਰ ਕੋਲ ਤਾਕਤ ਆਈ, ਉਸਨੇ ਮੰਦਰ ਗਿਰਾ ਕੇ ਮਸਜਿਦ ਖੜੀ ਕੀਤੀ। ਅਜੋਕੇ ਸਤਾਧਾਰੀਆਂ ਕੋਲ ਸਤਾ ਆਈ, ਇਹਨਾਂ ਨੇ ਮਸਜਿਦ ਗਿਰਾ ਕੇ ਮੰਦਰ ਖੜਾ ਕਰ ਦਿੱਤਾ। ਇੱਕ ਨੇ ਮੰਦਰ ਗਿਰਾਇਆ, ਇੱਕ ਨੇ ਮਸਜਿਦ ਗਿਰਾਈ, ਮੇਰੇ ਸਾਹਮਣੇ। ਜਦ ਮੰਦਰ ਗਿਰਿਆ ਸੀ, ਹਜ਼ਾਰਾਂ ਹਿੰਦੂ ਜ਼ਾਰੋ ਜ਼ਾਰ ਰੋਏ ਸਨ। ਜਦ ਮਸਜਿਦ ਗਿਰੀ ਸੀ, ਤੜਪੇ ਸਨ ਮੁਸਲਮਾਨ ਇਸ ਤਰ੍ਹਾਂ ਜਿਵੇਂ ਜਲ ਤੋਂ ਬਿਨਾਂ ਮੱਛਲੀ ਤੜਪਦੀ ਹੈ। ਬੜੀ ਅਫਰਾ ਤਫਰੀ ਮੱਚੀ ਸੀ। ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਹਰਿਆਣੇ ਤੋਂ, ਇਸਨੇ ਪਾਰਲੀਮੈਂਟ ਵਿੱਚ ਆਵਾਜ਼ ਉਠਾਈ, ਮਸਲਾ ਹੱਲ ਹੋ ਸਕਦਾ ਹੈ, ਇਹਨੂੰ ਗੁਰਦੁਆਰਾ ਬਣਾ ਦਿਓ। ਰਾਮ ਦੀ ਧੁਨ ਵੀ ਗੂੰਜਦੀ ਰਹੇਗੀ,
ਅੱਲਾ ਵੀ ਗੂੰਜਦਾ ਰਹੇਗਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹੋ ਕਿ ਉਹਨੇ ਪਾਰਲੀਮੈਂਟ ਵਿੱਚ ਬੋਲ ਬੋਲੇ ਸਨ, ਅਖਬਾਰਾਂ ਛਪੇ ਸਨ, ਇਸ ਨੂੰ ਗੁਰਦੁਆਰਾ ਬਣਾ ਦਿਓ, ਮਸਜਿਦ ਢਾਣ ਦੀ ਲੋੜ ਨਹੀਂ ਪਏਗੀ, ਮੰਦਰ ਨਾਲ ਨਫ਼ਰਤ ਨਹੀਂ ਹੋਵੇਗੀ, ਕਿਉਂਕਿ ਅੱਲਾ ਦੀ ਧੁਨ ਵੀ ਗੂੰਜਦੀ ਰਹੇਗੀ, ਰਾਮ ਦੀ ਧੁਨੀ ਵੀ ਗੂੰਜਦੀ ਰਹੇਗੀ। ਪਰ ਹਰ ਇੱਕ ਕੋਲ ਇਤਨੀ ਅਕਲ ਥੋੜ੍ਹੀ ਆਉਂਦੀ ਹੈ, ਹਰ ਇੱਕ ਕੋਲ ਇਤਨੀ ਸਿਆਣਪ ਥੋੜ੍ਹੀ ਆਉਂਦੀ ਹੈ। ਸਤਾ ਦੀ ਤਾਕਤ ਵਿੱਚ ਬਾਬਰ ਆਇਆ, ਉਹਨੇ ਮੰਦਰ ਗਿਰਾ ਦਿੱਤਾ, ਸਤਾ ਦੀ ਤਾਕਤ ਵਿੱਚ ਅਜੋਕੇ ਆਏ, ਇਹਨਾਂ ਨੇ ਮਸਜਿਦ ਗਿਰਾ ਦਿੱਤੀ। ਜਦ ਮੰਦਰ ਗਿਰਿਆ ਸੀ, ਹਿੰਦੂ ਜ਼ਾਰੋ ਜ਼ਾਰ ਰੋਇਆ ਸੀ, ਜਦ ਮਸਜਿਦ ਗਿਰੀ, ਮੁਸਲਮਾਨ ਜ਼ਾਰੋ ਜ਼ਾਰ ਰੋਇਆ, ਤੜਪੇ। ਮਸਜਿਦ ਦੀਵਾਰ ਬਣ ਗਈ, ਮੰਦਰ ਦੀਵਾਰ ਬਣ ਗਏ, ਬੰਦੇ ਬੰਦੇ ਦਾ ਮਿਲਣਾ ਔਖਾ। ਔਰ ਜੋ ਮਸਜਿਦ ਦੀਵਾਰ ਬਣ ਜਾਏ, ਯਕੀਨ ਜਾਣੋ ਖੁਦਾ ਦਾ ਘਰ ਨਹੀਂ ਹੈ। ਜੋ ਮੰਦਰ ਦੀਵਾਰ ਬਣ ਜਾਏ, ਔਖੇ ਨਾ ਹੋਣਾ, ਭਗਵਾਨ ਦਾ ਘਰ ਨਹੀਂ ਹੈ। ਔਰ ਜਿਹੜਾ ਗੁਰਦੁਆਰਾ ਦੀਵਾਰ ਬਣ ਜਾਏ, ਸਿੱਖ ਦਾ ਸਿੱਖ ਨਾਲ ਮਿਲਣਾ ਹੀ ਔਖਾ ਹੋ ਜਾਏ। ਲੋਕਾਂ ਨੇ ਵੰਡੇ ਹੋਏ ਨੇ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ। ਇੱਧਰ ਮਲੇਸ਼ੀਆ ਸਿੰਗਾਪੁਰ ਦੇ ਮਲਵਈਆਂ ਦਾ ਗੁਰਦੁਆਰਾ ਹੈ, ਇਹ ਦੁਆਬੀਆਂ ਦਾ ਹੈ, ਇਹ ਜੱਟਾਂ ਦਾ ਹੈ, ਇਹ ਮਜ਼ਹਬੀਆਂ ਦਾ ਹੈ, ਇਹ ਰਾਮਗੜੀਆਂ ਦਾ ਹੈ। ਗੁਰੂ ਦਾ ਗੁਰਦੁਆਰਾ ਕਿਹੜਾ ਹੈ, ਗੁਰੂ ਦਾ ਦੁਆਰ ਕਿਹੜਾ ਹੈ? ਕੋਈ ਰਾਮਗੜੀਆਂ ਦਾ, ਕੋਈ ਜੱਟਾਂ ਦਾ, ਕੋਈ ਮਲਵਈਆਂ ਦਾ, ਕੋਈ ਦੁਆਬੀਆਂ ਦਾ। ਔਰ ਇੱਕ ਗੁਰਦੁਆਰੇ ਦਾ ਨਾਂ ਉਹਨਾਂ ਨੇ ਰੱਖਿਆ ਹੈ ਪਾਪਿਆਂ ਦਾ ਗੁਰਦੁਆਰਾ, ਮਲੇਸ਼ੀਆ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ, ਇਹ ਪਾਪਿਆਂ ਦਾ ਗੁਰਦੁਆਰਾ। ਫਿਰ ਗੁਰੂ ਦਾ ਦਰ ਕਿਹੜਾ ਹੋਇਆ? ਕੋਈ ਪਾਪਿਆਂ ਦਾ ਹੋ ਗਿਆ, ਕੋਈ ਜੱਟਾਂ ਦਾ ਹੋ ਗਿਆ, ਕੋਈ ਮਲਵਈਆਂ ਦਾ ਹੋ ਗਿਆ, ਕੋਈ ਦੁਆਬੀਆਂ ਦਾ ਹੋ ਗਿਆ, ਕੋਈ ਰਾਮਗੜੀਆਂ ਦਾ ਹੋ ਗਿਆ। ਔਰ ਹੈਰਾਨਗੀ ਦੀ ਗੱਲ, ਇੰਗਲੈਂਡ ਵਿੱਚ ਮਜ਼ਹਬੀਆਂ ਦਾ ਵੀ ਬਣ ਗਿਆ, ਮਜ਼ਹਬੀਆਂ ਦਾ ਹੈ, ਔਰ ਸਿੰਗਾਪੁਰ ਵਿੱਚ ਵੀ ਹੈ, ਇਹ ਮਜ਼ਹਬੀਆਂ ਦਾ ਗੁਰਦੁਆਰਾ। ਪਰ ਗੁਰੂ ਦਾ ਦੁਆਰ ਕਿਹੜਾ ਹੋਇਆ? ਮੈਂ ਇਸ ਕਰਾਂ, ਜਿਹੜਾ ਗੁਰਦੁਆਰਾ ਵੀ ਬੰਦੇ ਤੇ ਬੰਦੇ ਦੇ ਸਕਾਰ ਦੀਵਾਰ ਬਣ ਜਾਏ, ਉਹ ਕਿਸੇ ਬੰਦੇ ਦਾ ਘਰ ਹੋ ਸਕਦਾ, ਠੀਕ ਹੈ, ਰਾਮਗੜੀਆਂ ਦਾ ਹੋ ਸਕਦਾ, ਜੱਟਾਂ ਦਾ ਹੋ ਸਕਦਾ, ਪਾਪਿਆਂ ਦਾ ਹੋ ਸਕਦਾ, ਦੁਆਬੀਆਂ ਦਾ ਹੋ ਸਕਦਾ, ਮਲਵਈਆਂ ਦਾ ਹੋ ਸਕਦਾ, ਗੁਰੂ ਦਾ ਨਹੀਂ। ਗੁਰੂ ਦਾ ਦੁਆਰ ਤੇ ਸਾਰੀਆਂ ਦੀਵਾਰਾਂ ਨੂੰ ਤੋੜਦਾ ਹੈ, ਉਹ ਤੇ ਸਾਰੀ ਦੁਨੀਆਂ ਦੀ ਦੀਵਾਰਾਂ ਨੂੰ ਤੋੜਦਾ ਹੈ। ਔਰ ਗੁਰਦੁਆਰੇ 'ਚ ਕੋਈ ਦੀਵਾਰ ਖੜੀ ਕਰਦੇ, ਉਸ ਦੀ ਖੜੀ ਕੀਤੀ ਹੋਵੇਗੀ, ਗੁਰੂ ਨੇ ਨਹੀਂ ਖੜੀ ਕੀਤੀ। ਇਤਨੀ ਮਹਿਰਜ਼ ਕਰਦੇ ਹਾਂ। ਇਹ ਗੱਲ ਵੱਖਰੀ, ਇਸ ਤੋਂ ਅੱਗੇ ਮੈਂ ਕਹਾਂ, ਪਤਾ ਨਹੀਂ ਸ਼ਬਦ ਤੁਹਾਨੂੰ ਹਜ਼ਮ ਆਉਂਦੇ ਨੇ ਕਿ ਨਹੀਂ, ਪਰ ਇਤਨੀ ਗੱਲ ਤੇ ਸਪਸ਼